ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ 10ਵੀਂ ਸ਼੍ਰੇਣੀ ਦੇ ਲਈ ਸਮਾਜਿਕ ਵਿਗਿਆਨ ਵਿਸ਼ਾ ਐਸਐਸਟੀ ਵਿਸ਼ੇ ਦਾ ਸਤੰਬਰ ਪ੍ਰੀਖਿਆ ਲਈ ਸਤੰਬਰ ਜੋ ਐਗਜ਼ਾਮ ਤਾਂ ਡੇ ਹੋ ਰਹੇ ਹਨ ਉਸ ਦੇ ਲਈ ਆਪਾਂ ਇੱਕ ਨਮੂਨਾ ਪ੍ਰਸ਼ਨ ਪੱਤਰ ਸੈਂਪਲ ਪੇਪਰ ਤੁਹਾਡੇ ਲਈ ਸੋਲਵ ਕਰ ਰਹੇ ਹਾਂ ਵਿਦਿਆਰਥੀਓ ਅੱਗੇ ਚੱਲਣ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਜੋ 올 ਦਾ ਨੋਟੀਫਿਕੇਸ਼ਨਸ ਨੂੰ ਜਰੂਰ ਔਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਸਟੂਡੈਂਟ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਪਹਿਲਾਂ ਆਪਣੇ ਕੋਲ ਹਾਂ ਜੀ ਬਹੁਵਿਕਲਪੀ ਪ੍ਰਸ਼ਨ ਕਿਸੇ ਵੱਡ ਪਦਰੀ ਵਿਭਿੰਤਾ ਵਾਲੇ ਦੇਸ਼ ਵਿੱਚ ਘਟੋ-ਘਟ ਡੈਸ਼ ਪੌਦਿਆਂ ਦੀ ਸਥਾਨਿਕ ਪ੍ਰਜਾਤੀਆਂ ਹੱਦਾ ਵਾਲੇ ਤੇ ਸਮੁੰਦਰੀ ਜੀਭਾਂ ਵਾਲਾ परस्थितिक तंत्र होना चाहिए है तो इसका आंसर है जी घट्टो घट अगला है जी अपने को स्वच्छ भारत मिशन ग्रामीण कदों आरंभ होया हो दो हज़ार चौदह के अगला क्वेश्चन अपने को इस तरह है जी हेठा लिखों के मुद्रा का कारज नहीं है बचत खाता 2011 ਦੀ ਜਨਗਣਨਾ ਮੁਤਾਬਕ ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਜਨਸੰਖਿਆ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ 21.9% ਅਗਲਾ ਹੈ ਜੀ ਆਪਣੇ ਕੋ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਉਧਾਰ ਦਾ ਰਸਮੀ ਸਰੋਤ ਨਹੀਂ ਹੈ ਉਹ ਹੈ ਜੀ ਮਹਾਜਨ ਅਗਲਾ ਕੁਸ਼ਨ ਹੈ ਜੀ ਹੇਠਾਂ ਲਿਖਿਆਂ ਵਿੱਚੋਂ ਕਿਹੜੀ ਆਰਥਿਕ ਕਿਰਿਆ ਨੂੰ ਗੌਣ ਖੇਤਰ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਨਿਰਮਾਣ ਚੀਨੀ ਸਲਾਨੀ ਹਿਉਨਸਾਂਗ ਨੇ ਪੰਜਾਬ ਨੂੰ ਕੀ ਨਾਮ ਦਿੱਤਾ ਸੀ ਸੇਕੀਆ ਅਗਲਾ ਹੈ ਜੀ ਆਪਣੇ ਕੋ ਲੋਧੀਆ ਦੇ ਰਾਜ ਵਿੱਚ ਪੰਜਾਬ ਕਿਹੜੇ ਦੋ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਲਾਹੌਰ ਅਤੇ ਮੁਲਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ 1499 ਈਸਵੀ ਵਿੱਚ ਅਗਲਾ ਹੈ ਜੀ ਅਨੰਦਪੁਰ ਸਾਹਿਬ ਆ ਅਨੰਦ ਸਾਹਿਬ ਨਾ ਦੀ ਬਾਣੀ ਦੀ ਰਚਨਾ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਸ੍ਰੀ ਗੁਰੂ ਅਮਰਦਾਸ ਜੀ ਨੇ ਅਗਲਾ ਹੈ ਜੀ ਆਪਣੇ ਕੋ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ਤੇ ਉਹ ਹੈ ਜੀ ਰਾਸ਼ਟਰਪਤੀ ਸਜ਼ਾ ਪ੍ਰਾਪਤ ਅਪਰਾਧੀ ਦੀ ਸਜ਼ਾ ਕੌਣ ਮਾਫ ਕਰ ਸਕਦਾ ਹੈ ਰਾਸ਼ਟਰਪਤੀ ਆਓ ਜੀ ਹੁਣ ਭਾਗ ਐਡਾ ਦੇਖਦੇ ਹਾਂ ਜੀ ਭਾਗ ਐਡ ਦੇ ਵਿੱਚ ਪਹਿਲਾਂ ਜੋ ਸਿੰਗਲ ਸਿੰਗਲ ਵਰਡ ਕੁਐਸਚਨਸ ਹੈ ਉਹਨਾਂ ਨੂੰ ਦੇਖ ਲੈਣੇ ਹਨ ਤੇ ਫਿਰ ਆਪਾਂ ਸਾਰੇ ਹੀ ਜੋ ਕੁਐਸਚਨਸ ਹਨ ਉਹ ਇੱਕ ਇੱਕ ਕਰਕੇ ਕਰਾਂਗੇ ਜੀ ਸੁਣੋ ਦੇਖੋ ਜੀ ਸੈਕਿੰਡ ਜੋ ਕੁਐਸਚਨ ਹੈ ਉਸ ਦੇ ਵਿੱਚ ਕੀ ਆਨਸਰ ਲਿਖਣਾ ਹੈ ਜੀ ਇਹ ਵਾਲੇ ਕੁਐਸਚਨਸ ਵੀ ਆਪਾਂ ਅੱਗੇ ਜਾ ਕੇ ਕਰਾਂਗੇ ਕਿਹੜਾ ਖੇਤਰ ਸਭ ਤੋਂ ਵੱਧ ਤਾਜ਼ੇ ਪਾਣੀ ਦੀ ਵਰਤੋਂ ਕਰਦਾ ਹੈ ਤਾਂ ਉਹ ਹੁੰਦਾ ਹੈ ਜੀ ਖੇਤੀਬਾੜੀ ਦਾ ਖੇਤਰ ਖੇਤੀ ਬਾੜੀ ਅਗਲਾ ਹੈ ਜੀ ਭਾਰਤ ਦਾ ਕਿਹੜਾ ਰਾਜ ਮਸਾਲਿਆਂ ਦਾ ਬਾਗ ਕਿਹਾ ਜਾਂਦਾ ਹੈ ਕੇਰਲਾ ਆਰਥਿਕ ਵਾਧਾ ਅਤੇ ਆਰਥਿਕ ਵਿਕਾਸ ਸਮਾਨ ਆਰਥਿਕ ਸ਼ਬਦ ਹੈ ਇਹ ਆਪਣੇ ਕੋ ਹੈ ਜੀ ਗਲਤ ਭਾਰਤ ਵਿੱਚ ਡੈਸ਼ ਬੈਂਕ ਮੁਦਰਾ ਨੋਟ ਜਾਰੀ ਕਰਦਾ ਹੈ ਤੇ ਉਹ ਹੈ ਜੀ ਰਿజర్ਵ ਬੈਂਕ ਰਿజర్ਵ ਬੈਂਕ ਤੇ ਆਉ नेक्स्ट ਦੇਖਦੇ ਆ ਜੋ ਕਿ ਆਪਣੇ ਕੋ ਸਿੰਗਲ ਸਿੰਗਲ ਵਰਡ ਕੁਐਸਚਨਸ ਹਨ ਉਹਨਾਂ ਨੂੰ ਪਹਿਲਾਂ ਆਪਾਂ ਕਰ ਲੈਣੇ ਹਨ ਜੀ ਅਗਲਾ ਹੈ ਜੀ ਭਾਰਤੀ ਨਾਗਰੀਕਾਂ ਦਾ ਕੋਈ ਇੱਕ ਮੌਲਿਕ ਅਧਿਕਾਰ ਸਮਾਨਤਾ ਦਾ ਅਧਿਕਾਰ ਅਗਲਾ ਜੀ ਲੋਕ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ 5 ਸਾਲ ਅਗਲਾ ਹੈ ਜੀ ਰਾਜ ਸਭਾ ਦਾ ਮੈਂਬਰ ਬਣ ਲਈ ਘਟੋ-ਘਟ ਕਿੰਨੀ ਉਮਰ ਚਾਹੀਦੀ ਹੈ 30 ਸਾਲ ਘਟੋ-ਘਟ 30 ਸਾਲ ਉਮਰ ਚਾਹੀਦੀ ਹੈ ਜੀ ਰਾਜ ਸਭਾ ਦਾ ਮੈਂਬਰ ਬਣ ਲਈ ਤੇ ਇਹ ਹੁਣ ਸਾਰੇ ਹੀ ਕੁਐਸਚਨਸ ਆਪਣੇ ਕੋ ਥੋੜੇ ਵੱਡੇ ਹਨ ਤੇ ਇਹਨਾਂ ਦਾ ਤੁਹਾਨੂੰ ਜੋ ਅਨਸਰ ਹੈ ਉਹ ਵੀਡੀਓ ਦੇ ਲਾਸਟ ਵਿੱਚ ਮਿਲ ਜਾਏਗਾ ਜੀ ਆ ਹੁਣ ਆਪਾਂ ਪਹਿਲਾਂ ਜੋ ਸਰੋਤ ਆਧਾਰਿਤ ਪ੍ਰਸ਼ਨ ਹਨ ਇਹਨਾਂ ਨੂੰ ਸੋਲਵ ਕਰ ਲੈਣੇ ਹਨ ਤੇ ਫਿਰ ਆਪਾਂ ਜੋ ਕੁਐਸਚਨ ਲੈਂਦੇ ਹਨ ਉਹ ਕਰਦੇ ਹਾਂ ਜੀ ਪਹਿਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਇਸ ਰੋਤ ਤਦਾਰਤ ਵਾਲਾ ਲੋਕਤੰਤਰ ਸ਼ਬਦ ਕਿਸ ਭਾਸ਼ਾ ਦੇ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਇਸ ਦਾ ਸ਼ਾਬਦਿਕ ਅਰਥ ਕੀ ਹੈ ਕਿਹੜੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਜੀ ਇਹ ਜੋ ਲੋਕਤੰਤਰ ਹੈ ਉਹ ਅੰਗਰੇਜ਼ੀ ਵਿੱਚ ਡੈਮੋਕ੍ਰੇਸੀ ਕਿਹਾ ਜਾਂਦਾ ਹੈ ਡੈਮੋਕ੍ਰੇਸੀ ਗ੍ਰੀਕ ਭਾਸ਼ਾ ਦੇ ਦੋ ਸ਼ਬਦਾਂ ਡਿਮੋਨ ਅਤੇ ਕ੍ਰੇਤੀਆ ਤੋਂ ਮਿਲ ਕੇ ਬਣਿਆ ਹੈ ਜੀ ਇਸ ਦਾ ਡਿਮੋਨ ਦਾ ਅਰਥ ਹੈ ਲੋਕ ਅਤੇ ਕ੍ਰੇਤੀ ਦਾ ਭਾਵ ਹੈ ਸ਼ਾਸਨ ਇਸ ਦਾ ਮਤਲਬ ਹੈ ਡੈਮੋਕ੍ਰੇਸੀ ਸ਼ਬਦ ਦਾ ਅਰਥ ਹੋ ਗਿਆ ਲੋਕਾਂ ਦਾ ਸ਼ਾਸਨ ਤੇ ਇਹ ਆਪਣੇ ਕੋਲ ਪਹਿਲੇ ਕੁਸ਼ਣ ਦਾ ਆਨਸਰ ਆ ਗਿਆ ਹੈ ਜੀ ਤੇ ਆ ਇੱਥੋਂ ਲੈ ਕੇ ਇੱਥੇ ਤੱਕ ਪਹਿਲੇ ਕੁਸ਼ਣ ਦਾ ਆਨਸਰ ਆ ਜਾਏਗਾ ਜੀ ਦੂਸਰਾ ਕੁਸ਼ਣ ਆਪਣੇ ਕੋਲ ਦੇਖੋ ਕੀ ਹੈ ਜੀ ਲੋਕਤੰਤਰ ਕਿੰਨਾ ਸਿਧਾਂਤਾਂ ਉੱਤੇ ਅਧਾਰਿਤ ਹੈ ਤੇ ਇਹ ਸਿਧਾਂਤ ਆਪਾਂ ਦੇਖਣੇ ਹਨ ਕਿਹੜੇ-ਕਿਹੜੇ ਸਿਧਾਂਤਾਂ ਦੇ ਉੱਪਰ ਹੈ ਜੀ ਲੋਕਤੰਤਰ ਸੁਤੰਤਰਤਾ ਸਮਾਨਤਾ ਭਾਈਚਾਰਾ ਕਾਨੂੰਨ ਦਾ ਸ਼ਾਸਨ ਉੱਤਰਦਾਈ ਸਰਕਾਰ ਨਿਯਤਕਾਰੀ ਚੋਣਾਂ ਬਹੁਮਤ ਦਾ ਸ਼ਾਸਨ ਨਾਗਰਿਕਾਂ ਦੇ ਅਧਿਕਾਰ ਸੁਤੰਤਰਤਾ ਦੇ ਨਿਰਪੱਖ ਨਿਆਂਪਾਲਿਕਾ ਦੀ ਸਥਾਪਨਾ ਦੇ ਸਿਧਾਂਤਾਂ ਦੇ ਉੱਪਰ ਅਧਾਰਿਤ ਹੈ ਇਹ ਆਪਣੇ ਕੋ ਦੂਸਰੇ ਕੁਸ਼ਣ ਆਨਸਰ ਆ ਗਿਆ ਹੈ ਜੀ ਅਗਲਾ ਹੈ ਜੀ ਆਪਣੇ ਕੋ ਲੋਕਤੰਤਰਤੀ ਸਰਕਾਰ ਵਿਚ ਪ੍ਰਭੂ ਸਤਾ ਕਿੰਨਾ ਕੋਲ ਹੁੰਦੀ ਹੈ ਤੇ ਉਹ ਹੁੰਦੀ ਹੈ ਜੀ ਜਨਤਾ ਕੋਲ ਇਸ ਦਾ ਸਿੱਧਾ ਅਨਸਰ ਜਨਤਾ ਦੇ ਕੋਲ ਲਿਖ ਦੇਣਾ ਹੈ ਲੋਕਤੰਤਰੀ ਸਰਕਾਰ ਵਿੱਚ ਝਗੜਿਆਂ ਦਾ ਹੱਲ ਕਿਵੇਂ ਲੱਭਿਆ ਜਾਂਦਾ ਹੈ ਤੇ ਇਹ ਵੀ ਤੁਹਾਡੀ ਜੋ ਲਾਸਟ ਲਾਈਨ ਹੈ ਜੀ ਦੇਖੋ ਲੋਕਤੰਤਰ ਵਿੱਚ ਝਗੜਿਆਂ ਦਾ ਹੱਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰੇਰਣਾ ਤੇ ਸ਼ਾਂਤੀਪੂਰਵ ਟੰਕਾ ਨਾਲ ਲੱਭਿਆ ਜਾਂਦਾ ਹੈ ਜੀ ਤੇ ਇਸ ਤਰ੍ਹਾਂ ਹੁਣ ਆਪਾਂ ਜੋ ਕੁਐਸਚਨਸ ਇਹੀ ਸਾਨਾ ਉਹ ਕਰ ਲਏ ਹਨ ਜਿਹੜੇ ਥੋੜੇ ਵੱਡੇ ਕੁਐਸਚਨਸ ਹਨ ਆਪ ਹੁਣ ਉਹਨਾਂ ਦਾ ਆਪਾਂ ਇੱਕ ਇੱਕ ਕਰਕੇ ਸਾਰਿਆਂ ਦਾ ਆਨਸਰ ਉਹਨਾਂ ਦੇ ਆਨਸਰ ਦੇਖਦੇ ਹਾਂ ਕਿ ਕੀ ਹੋ ਸਕਦਾ ਹੈ ਜੀ ਪਹਿਲਾ ਕੁਐਸਚਨ ਹੈ ਜੀ ਜੈਵਿਕ ਭੂਗੋਲ ਕੀ ਹੈ ਪਰਿਭਾਸ਼ਾ ਦਿਓ ਜੈਵਿਕ ਭੂਗੋਲ ਜਾਨਦਾਰ ਧੜਕਦੀਆਂ ਤੇ ਵਾਧਦੀਆਂ ਜ਼ਿੰਦਗੀਆਂ ਦਾ ਅਧਿਐਨ ਹੈ ਇਸ ਵਿੱਚ ਜੈਵਿਕ ਸੰਸਾਰ ਦੀਆਂ ਸਥਾਨਕ ਵੰਡ ਸ਼ਾਮਲ ਹੈ ਜੈਵਿਕ ਭੂਗੋਲ ਨੂੰ ਪੌਤਿਕ ਰੂਪ ਵਿੱਚ ਜੰਗਲ ਪਸ਼ੂ ਪੰਛੀ ਜੰਤੂ ਜੀਵ ਜੰਤੂ ਜ਼ਮੀਨ ਪਾਣੀ ਅਤੇ ਹਵਾ ਦੇ ਇਲਾਵਾ ਸਾਡੀ ਭੋਜਨ ਲੜੀ ਅਤੇ ਭੋਜਨ ਵੈੱਬ ਜੰਤਰ ਦੇ ਵਿਸਤਾਰਤ ਵਿਗਿਆਨ ਦੇ ਤੌਰ ਤੇ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ। ਅਗਲਾ ਕੁਸ਼ਨ ਹੈ ਜੀ ਸਰਵਜਨਕ ਖੇਤਰ ਤੋਂ ਕੀ ਭਾਵ ਹੈ? ਸਰਵਜਨਕ ਖੇਤਰ ਨੂੰ ਸਰਕਾਰੀ ਖੇਤਰ ਵੀ ਕਿਹਾ ਜਾਂਦਾ ਹੈ। ਇਸ ਵਿੱਚ ਉਹਨਾਂ ਸਾਰੇ ਖੇਤਰਾਂ ਦੀ ਮਲਕੀਅਤ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ ਤੇ ਸਰਕਾਰ ਦਾ ਜਾ ਸਰਕਾਰ ਦੁਆਰਾ ਨਿਯੁਕਤ ਕੀਤੀਆਂ ਗਈਆਂ ਕਿਸੇ ਏਜੰਸੀ ਏਜੰਸੀ ਦਾ ਅਧਿਕਾਰ ਹੁੰਦਾ ਹੈ। ਹੁਣ ਐਕਸਪੈਸ਼ਨ ਦੇ ਦਿਨ ਸੁੰਦਰਬਨ ਉੱਤੇ ਇੱਕ ਨੋਟ ਲਿਖੋ। ਹੁਣ ਇਹ ਜੋ ਕੁਐਸਚਨਸ ਦਾ ਪੈਟਰਨ ਹੈ ਕੁਐਸਚਨ ਜਦੋਂ ਨੰਬਰਿੰਗ ਹੈ ਉਹ ਉੱਪਰ-ਨੀਚੇ ਹੋ ਸਕਦੀ ਹੈ ਪਰ ਜੋ ਕੁਐਸਚਨਸ ਆ ਰਹੇ ਹੀ ਉਹ ਤਾਂ ਮੈਂ ਕਰਵਾ ਰਿਹਾ ਹਾਂ ਜੋ ਤੁਹਾਡੇ ਇਸ ਸੈਂਪਲ ਪੇਪਰ ਦੇ ਵਿੱਚ ਹਨ ਪਰ ਕੁਐਸਚਨਾਂ ਦੇ ਜੋ ਨੰਬਰ ਹਨ ਉਹ ਕੁਐਸਚਨ ਅੱਗੇ-ਪਿੱਛੇ ਤੁਹਾਨੂੰ ਆ ਸਕਦੇ ਹਨ ਜੀ। ਸੁੰਦਰਬਨ ਦਾ ਗੰਗਾ ਬ੍ਰਹਮਪੁੱਤਰ ਡੈਲਟਾ ਦੁਨੀਆ ਦਾ ਸਭ ਤੋਂ ਵੱਡਾ ਡੈਲਟਾ ਹੈ। ਇਸ ਨੂੰ ਸੁੰਦਰਬਨ ਡੈਲਟਾ, ਗੰਗਾ ਡੈਲਟਾ, ਬ੍ਰਹਮਪੁੱਤਰ ਡੈਲਟਾ ਜਾਂ ਬੰਗਾਲ ਡੈਲਟਾ ਵਜੋਂ ਵੀ ਜਾਣਿਆ ਜਾਂਦਾ ਹੈ। ਸੁੰਦਰਬਨ ਡੈਲਟਾ ਵਿਸ਼ਵਵਿਆਪੀ ਮਹੱਤਵ ਰੱਖਦਾ ਹੈ। ਰਾਇਲ ਬੰਗਾਲ ਟਾਈਗਰ ਇੱਥੇ ਪਾਇਆ ਜਾਣ ਵਾਲਾ ਪ੍ਰਮੁੱਖ ਜਾਨਵਰ ਹੈ। ਇਸ ਦਾ ਖੇਤਰਫਲ 9630 ਵਰਗ ਕਿਲੋਮੀਟਰ ਹੈ। ਦੁਨੀਆ ਦਾ ਇੱਕ ਉਹ ਇੱਕ ਮੈਨਗਰੋਵ ਵਿਕਾਸ ਨਿਵਾਸ ਸਥਾਨ ਹੈ। ਉਸਨੇ ਜੀ ਪਾਣੀ ਧਰਤੀ ਦਾ ਸਭ ਤੋਂ ਮਹੱਤਵਪੂਰਨ ਤੱਤ ਕਿਵੇਂ ਹੈ? ਪਾਣੀ ਧਰਤੀ ਦੇ ਸਭ ਤੋਂ ਵੱਧ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ ਹਰ ਜੀਵ ਜੰਤੂ ਤੇ ਪੌਦੇ ਨੂੰ ਜਿਉਣ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ ਧਰਤੀ ਉੱਤੇ ਜੇਕਰ ਪਾਣੀ ਨਾ ਹੁੰਦਾ ਤਾਂ ਜੀਵਨ ਵੀ ਨਾ ਹੁੰਦਾ ਜਿਉਂਦੇ ਰਹਿਣ ਲਈ ਪਾਣੀ ਪੀਣ ਤੋਂ ਇਲਾਵਾ ਪਾਣੀ ਦੀ ਵਰਤੋਂ ਕਈ ਥਾਵਾਂ ਵਿੱਚ ਕੀਤੀ ਹੁੰਦੀ ਹੈ ਕੀਤੀ ਜਾਂਦੀ ਹੈ ਜਿਵੇਂ ਕਿ ਭੋਜਨ ਪਕਾਉਣਾ ਕੱਪੜੇ ਧੋਣਾ ਭਾਂਡੇ ਮੰਜਨਾ ਸਫਾਈ ਕਰਨਾ ਬਾਗਬੀਗੀ ਚੇਹਰੇ ਭਰੇ ਰੱਖਣਾ ਪਸ਼ੂਆਂ ਅਤੇ ਸੰਨਤੀ ਉਤਪਾਦਨਾ ਲਈ ਅਤੇ ਫਸਲਾਂ ਦੀ ਸਿੰਚਾਈ ਆਦਿ ਲਈ ਪਾਣੀ ਦੀ ਵਰਤੋਂ ਹੁੰਦੀ ਹੈ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਾਣੀ irdia ਸਭ ਤੋਂ ਮਹੱਤਵਪੂਰਨ ਤੱਤ ਹੈ ਸੁਣੌਲਾ ਕੁਸ਼ਨ ਹੈ ਜੀ ਖੇਤੀਬਾੜੀ ਦੀਆਂ ਕਿਸਮਾਂ ਉੱਤੇ ਵਿਸਤ੍ਰਿਤ ਨੋਟ ਲਿਖੋ ਭਾਰਤ ਵਿੱਚ ਪਿੰਨ-ਪਿੰਨ ਪ੍ਰਕਾਰ ਦੇ ਭੂਗੋਲਿਕ ਅਤੇ ਵਾਤਾਵਰਣਿਕ ਵਾਤਾਵਰਣ ਬੁਖੇਰੀਆਂ ਦਾ ਕਾਰਨ ਕਈ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ ਸਥਾਨਾਂਤਰੀ ਖੇਤੀ ਨਿਰਵਾ ਖੇਤੀ ਸੰਗਣੀ ਖੇਤੀ ਇਹਨਾਂ ਦੇ ਅੱਗੇ ਤੁਸੀਂ ਪੁਆਇੰਟ ਪੜ੍ਹ ਲੈਣੇ ਹਨ ਜੀ ਵਿਆਪਕ ਖੇਤੀ ਵਪਾਰਕ ਖੇਤੀ ਰੋਪਣ ਖੇਤੀ ਲੰਬਕਾਰੀ ਜਾਂ ਖੜੀ ਖੇਤੀ ਮਿਸ਼ਰਤ ਖੇਤੀ ਤੇ ਇਸ ਤੋਂ ਆਪਣੇ ਕੋਲ 8 ਤਰ੍ਹਾਂ ਦੀਆਂ ਜੋ ਖੇਤੀਆਂ ਹਨ ਇਹਨਾਂ ਦੇ ਇਹ ਵੱਡੇ ਲੌਂਗ ਕੁਐਸਚਨਸ ਦੇ ਵਿੱਚ ਆਪਣੇ ਕੋਲ ਕੁਐਸਚਨ ਹੈ ਜੀ ਤੇ ਆਹੋ ਆਪਾਂ ਹੁਣ ਨੈਕਸਟ ਕੁਐਸਚਨ ਦੇ ਅਗਲਾ ਕੁਐਸਚਨ ਹੈ ਜੀ ਵੀਐਸਟੀ ਅਤੇ ਸਮਸ਼ਟੀ ਅਰਥ ਸ਼ਾਸਤਰ ਵਿੱਚ ਅੰਤਰ ਸਪਸ਼ਟ ਕਰੋ ਵੀਐਸਟੀ ਅਰਥ ਸ਼ਾਸਤਰ ਨੂੰ ਅੰਗਰੇਜ਼ੀ ਦੇ ਵਿੱਚ ਮਾਈਕਰੋ ਇਕਨੋਮਿਕਸ ਕਿਹਾ ਜਾਂਦਾ ਹੈ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਮਾਈਕਰੋ ਯੂਨਾਨੀ ਭਾਸ਼ਾ ਦੇ ਸ਼ਬਦ ਮਾਈਕਰੋਸ ਤੋਂ ਲਿਆ ਗਿਆ ਹੈ ਇਸ ਤੋਂ ਭਾਵ ਹੈ ਛੋਟਾ ਵਿਅਸਤੀ ਅਰਥ ਸ਼ਾਸਤਰ ਆਰਥਿਕ ਕਿਰਿਆਵਾਂ ਦਾ ਅਧਿਐਨ ਛੋਟੇ ਪੱਧਰ ਭਾਵ ਇੱਕ ਵਿਅਕਤੀ ਇੱਕ ਪਰਿਵਾਰ ਇੱਕ ਫਰਮ ਆਦਿ ਤੋਂ ਤੇ ਕਰਦਾ ਹੈ ਸਮੁਸ਼ਟੀ ਅਰਥ ਸ਼ਾਸਤਰ ਨੂੰ ਅੰਗਰੇਜ਼ੀ ਦੇ ਵਿੱਚ ਮੈਕਰੋ ਇਕਨੋਮਿਕਸ ਕਿਹਾ ਜਾਂਦਾ ਹੈ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਮੈਕਰੋ ਯੂਨਾਨੀ ਭਾਸ਼ਾ ਦੇ ਸ਼ਬਦ ਮੈਕਰੋਸ ਤੋਂ ਲਿਆ ਗਿਆ ਹੈ ਇਸ ਤੋਂ ਭਾਵ ਹੈ ਵੱਡਾ ਸਮਾਸ਼ਟੀ ਅਰਥ ਸ਼ਾਸਤਰ ਆਰਥਿਕ ਕਿਰਿਆਵਾਂ ਦਾ ਅਧਿਐਨ ਵੱਡੇ ਪੱਧਰ 'ਪਾਪ ਪੂਰੀ ਦੀ ਪੂਰੀ ਅਰਥ ਵਿਵਸਥਾ ਤੇ ਪਧਰਤੇ ਕਰਦਾ ਹੈ ਜੀ। ਸੋਨ ਵਾਲਾ ਕੁਸ਼ਣ ਹੈ ਜੀ। ਰਾਸ਼ਟਰੀ ਆਮਦਨ ਦੇ ਮਾਪਕ ਦੀ ਵਰਤੋਂ ਕਰਕੇ ਅਸੀਂ ਆਰਥਿਕ ਵਿਕਾਸ ਦਾ ਮਾਪ ਕਿਵੇਂ ਕਰ ਸਕਦੇ ਹਾਂ? ਬਹੁਤ ਸਾਰੇ ਅਰਥ ਸ਼ਾਸਤਰੀਆਂ ਦਾ ਵਿਚਾਰ ਹੈ ਕਿ ਆਰਥਿਕ ਵਿਕਾਸ ਦਾ ਆਧਾਰ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਹੋਣੀ ਚਾਹੀਦੀ ਹੈ। ਜੇਕਰ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਵੱਧ ਹੈ ਤਾਂ ਇਸ ਦਾ ਅਰਥ ਹੈ ਕਿ ਇਸ ਦੇਸ਼ ਦੇ ਆਰਥਿਕ ਵਿਕਾਸ ਦਾ ਪੱਧਰ ਉੱਚਾ ਹੈ ਜੇਕਰ ਕਿਸੇ ਦੇਸ਼ ਦੀ ਰਾਸ਼ਟਰੀ ਆਮਦਨ ਘਟ ਹੈ ਤਾਂ ਇਸ ਦਾ ਅਰਥ ਹੈ ਕਿ ਉਸ ਦੇਸ਼ ਦੇ ਆਰਥਿਕ ਵਿਕਾਸ ਦਾ ਪੱਧਰ ਨੀਵਾ ਹੈ ਇਸ ਦਾ ਕਾਰਨ ਇਹ ਹੈ ਕਿ ਜਿਸ ਦੇਸ਼ ਦੀ ਰਾਸ਼ਟਰੀ ਆਮਦਨ ਵੱਧ ਹੈ ਉਹ ਦੇਸ਼ ਆਪਣੇ ਵਿਕਾਸ ਦੇ ਤੇ ਵੱਧ ਧਨ ਖਰਚ ਕਰ ਸਕਦਾ ਹੈ ਤੇ ਵਿਕਾਸ ਦੇ ਉੱਚੇ ਪੱਧਰਾਂ ਨੂੰ ਪ੍ਰਾਪਤ ਕਰ ਸਕਦਾ ਹੈ ਇਸ ਦੇ ਉਲਟ ਜਿਸ ਦੇ ਇਸ ਦੀ ਰਾਸ਼ਟਰੀ ਆਮਦਨ ਘੱਟ ਹੈ ਉਹ ਦੇਸ਼ ਆਪਣੇ ਵਿਕਾਸ ਤੇ ਘੱਟ ਖਰਚ ਸਕੇਗਾ ਅਤੇ ਜਿਸ ਕਰਕੇ ਉਸ ਦੇ ਵਿਕਾਸ ਦਾ ਪੱਧਰ ਨੀਵਾ ਹੋਵੇਗਾ। ਸਮੋਹਲਾ ਕੁਸ਼ਨ ਹੈ ਜੀ ਮੁਦਰਾ ਦੇ ਮੁੱਖ ਕਾਰਜ ਕੀ ਹਨ ਤੇ ਇਹ ਤੁਸੀਂ ਪੁਆਇੰਟ ਪੜ੍ਹ ਲੈ ਤੁਹਾਨੂੰ ਪੜਾ ਦੇਣਾ ਹੈ ਜੀ ਪਹਿਲਾ ਪੁਆਇੰਟ ਹੈ ਵਟਾਂਦਰੇ ਦਾ ਮਾਧਿਅਮ, ਮੁੱਲ ਦਾ ਮਾਪ, ਮੁੱਲ ਤਵੀ ਭੁਗਤਾਨ ਦਾ ਮਾਨਕ ਤੇ ਮੁੱਲ ਦਾ ਭੰਡਾਰ। ਇਹਨਾਂ ਦੇ ਅੱਗੇ ਤੁਸੀਂ ਜੋ ਜਨਰਲਾਈਜੇਸ਼ਨ ਹੈ ਉਹ ਖੁਦ ਪੜ੍ਹ ਲੈਣੀ ਹੈ ਜੀ। ਦੇ ਆਉ ਨੈਕਸਟ ਕੁਐਸਚਨ ਦੇ। ਉਹਲਾ ਕੁਐਸਚਨ ਹੈ ਜੀ ਬਾਬਰ ਦੇ ਸੈਯਦਪੁਰ ਦੇ ਹਮਲੇ ਦਾ ਵਰਣਨ ਕਰੋ। ਬਾਬਰ ਨੇ ਸਿਆਲਕੋਟ ਨੂੰ ਜਿੱਤਣ ਤੋਂ ਬਾਅਦ ਸੈਯਦਪੁਰ, ਐਮਾਨਬਾਦ ਤੇ ਹਮਲਾ ਕੀਤਾ। ਉਥੇ ਦੀ ਸੈਨਾ ਨੇ ਬਾਬਰ ਦਾ ਡਟ ਕੇ ਮੁਕਾਬਲਾ ਕੀਤਾ ਪਰ ਬਾਬਰ ਦੀ ਜਿੱਤ ਹੋਈ। ਰੱਖਿਆਕ ਸੈਨਾ ਕਤਲ ਕਰ ਦਿੱਤੀ ਗਈ। ਸੈਯਦਪੁਰ ਦੀ ਜਨਤਾ ਦੇ ਨਾਲ નિર્દય سلوਕ ਕੀਤਾ ਗਿਆ। ਕਈ ਲੋਕਾਂ ਨੂੰ ਦਾਸ ਬਣਾ ਲਿਆ ਗਿਆ। ਗੁਰੂ ਨਾਨਕ ਦੇਵ ਜੀ ਨੇ ਇਸ ਅਤਿਆਚਾਰ ਦਾ ਵਰਣਨ ਬਾਬਰ ਬਾਣੀ ਵਿੱਚ ਕੀਤਾ ਹੈ। ਨਾਲਾ ਕੁਸ਼ਨ ਹੈ ਜੀ ਸੱਚੇ ਸਾਧੇਤੋਂ ਕੀ ਪਾਬ ਹੈ? ਇਸ ਤੋਂ ਪਾਬ ਹੈ ਉਹ ਪਵਿੱਤਰ ਵਪਾਰ ਜੋ ਗੁਰੂ ਜੀ ਨੇ 20 ਰੁਪਈਆਂ ਦੇ ਨਾਲ ਭੁੱਖੇ ਸਾਧਿਆ ਨੂੰ ਪੋਜਨ ਛਕਾ ਕੇ ਕੀਤਾ ਸੀ। ਕੁਸ਼ਨ ਆਪਣੇ ਕੋ ਹੈ ਜੀ ਗੁਰੂ ਨਾਨਕ ਦੇਵ ਜੀ ਦੀਆਂ 6 ਸਿੱਖਿਆਵਾਂ ਬਾਰੇ ਲਿਖੋ। ਗੁਰੂ ਨਾਨਕ ਦੇਵ ਜੀ ਅਨੁਸਾਰ ਪ੍ਰਮਾਤਮਾ ਇੱਕ ਹੈ। ਪ੍ਰਮਾਤਮਾ ਬ੍ਰਹਮਾ, ਵਿਸ਼ਨੂੰ, ਸ਼ਿਵ ਤੋਂ ਉੱਚੇ ਉੱਚਾ ਹੈ। ਦੁਨੀਆ ਦਾ ਕੋਈ ਦੇਵਤਾ ਉਸ ਦੀ ਥਾਂ ਨਹੀਂ ਲੈ ਸਕਦਾ। परमात्मा सर्व शक्तिमान सर्वव्यापक है वह संसार के हर जीव में रहा है गुरु जी अनुसार परमात्मा महान सर्व उच्च है उसकी महानता से सर्व उच्चता बयान करना मनुख दे लिए संभव नहीं परमात्मा निरंकार है निराकार है परमात्मा का कोई रंग रूप आकार नहीं है इसलिए उसकी मूर्ति बना के पूजा नहीं की जा सकती परमात्मा बहुत दयालु है सानू जो कुछ भी मिलता है वह सब परमात्मा की देन है ਸ੍ਰਿਸ਼ਟੀ ਦਾ ਹਰ ਕੰਮ ਪ੍ਰਮਾਤਮਾ ਦੇ ਹੁਕਮ ਦੇ ਨਾਲ ਹੁੰਦਾ ਹੈ ਸਾਨੂੰ ਉਸ ਦੇ ਬਾਣੇ ਵਿੱਚ ਮਿੱਠਾ ਰਹਿ ਕੇ ਮੰਨਣਾ ਚਾਹੀਦਾ ਹੈ ਉਸ ਦੇ ਮੰਨਣੇ ਬਾਣੇ ਨੂੰ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ ਪ੍ਰਮਾਤਮਾ ਦੀ ਮਿਹਰ ਅਤੇ ਦਇਆ ਪ੍ਰਾਪਤ ਕਰਨ ਲਈ ਆਤਮ ਗਿਆਨ ਤਿਆਗ ਜਾਂ ਆਤਮ ਸਮਰਪਣ ਬਹੁਤ ਜ਼ਰੂਰੀ ਹੈ ਜੀ ਸਵਾਲ ਹੈ ਜੀ ਭਾਈ ਲੈਣਾ ਕਿਸ ਗੁਰੂ ਦਾ ਪਹਿਲਾ ਨਾਮ ਸੀ ਤੇ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਗਲਾ ਸਵਾਲ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਨੋਟ ਲਿਖੋ ਦੋ ਮੁਗਲ ਬਾਦਸ਼ਾਹ ਅਕਬਰ ਤੇ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਸਨ ਗੁਰੂਆਂ ਦੇ ਉਪਦੇਸ਼ਾਂ ਦਾ ਮੰਤਵ ਜਾਤ ਰਹਿਤ ਵਹਿਮ ਰਹਿਤ ਊਚ ਨੀਚ ਤੇ ਧਰਮ ਦੇ ਵਿਤਕਰੇ ਰਹਿਤ ਸਮਾਜ ਸਥਾਪਿਤ ਕਰਨਾ ਸੀ ਅਕਬਰ ਗੁਰੂ ਸਾਹਿਬਾਨ ਨੂੰ ਪਸੰਦ ਕਰਦਾ ਸੀ ਪਰ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੀ ਵਾਧੀ ਹੋਈ ਪ੍ਰਸਿੱਧੀ ਨੂੰ ਪਸੰਦ ਨਹੀਂ ਕਰਦਾ ਸੀ ਉਸ ਨੂੰ ਇਹ ਵੀ ਗੁੱਸਾ ਸੀ ਕਿ ਜਿੱਥੇ ਗੁਰੂ ਸਾਹਿਬ ਦੇ ਹਿੰਦੂ ਲੋਕ ਅਨਿਆਈ ਬਣ ਰਹੇ ਹਨ ਉੱਥੇ ਕੁਝ ਮੁਸਲਮਾਨ ਵੀ ਉਹਨਾਂ ਦੇ ਪ੍ਰਭਾਵ ਹੇਠ ਵਿਚਰ ਰਹੇ ਸਨ ਸ਼ਹਿਜ਼ਾਦਾ ਖੁਸਰੋ ਨੇ ਆਪਣੇ ਪਿਤਾ ਜਹਾਂਗੀਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਜਦੋਂ ਸ਼ਾਹੀ ਸੈਨਾਵਾਂ ਨੇ ਖੁਸਰੋ ਦਾ ਪਿੱਛਾ ਕੀਤਾ ਤਾਂ ਉਹ ਦੌੜ ਕੇ ਪੰਜਾਬ ਆਇਆ ਤੇ ਗੁਰੂ ਸਾਹਿਬਾਂ ਨੂੰ ਮਿਲਿਆ ਇਸ ਤੇ ਜਹਾਂਗੀਰ ਤੋਂ ਪਹਿਲਾਂ ਹੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਾਰਵਾਈਆਂ ਦਾ ਬਹਾਨਾ ਲੱਭ ਰਿਹਾ ਸੀ ਰਾਜ ਦੇ ਬਾਗੀ ਕੁਸਰੋ ਦੀ ਸਹਾਇਤਾ ਕਰਨ ਤੇ ਅਪਰਾਧ ਵਿੱਚ ਗੁਰੂ ਸਾਹਿਬ ਜੀ ਉੱਪਰ 2 ਲੱਖ ਰੁਪਏ ਦਾ ਜੁਰਮਾਨਾ ਕਰ ਦਿੱਤਾ ਗੁਰੂ ਜੀ ਨੇ ਇਸ ਜੁਰਮਾਨੇ ਨੂੰ ਅਣਉਚਿਤ ਸਮਝਦਿਆਂ ਹੋਇਆ ਦੇਣ ਤੋਂ ਨਾ ਕਰ ਦਿੱਤੀ ਜਿਸ ਕਾਰਨ ਉਨ੍ਹਾਂ ਨੂੰ ਸ੍ਰੀ ਦਕ ਤਸੀਹੇ ਦੇ ਕੇ 1606 ਈਸਵੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦੋ ਪ੍ਰਸਿੱਧ ਰਚਨਾਵਾਂ ਦੇ ਨਾਮ ਲਿਖੋ ਜਾਪ ਸਾਹਿਬ ਬਚਿੱਤਰਨਾਟਕ ਜਫਰਨਾਮਾ ਚੰਡੀ ਦੀ ਵਾਰ ਸੁਣਾ ਲੈ ਕੁਛ ਨਹੀਂ ਜੀ ਗੁਰਦਾਸ ਨੰਗਲ ਦੀ ਲੜਾਈ ਦਾ ਹਾਲ ਲਿਖੋ 1715 ਈਸਵੀ ਵਿੱਚ ਬੰਦਾ ਸਿੰਘ ਬਹਾਦਰ ਨੇ ਪਹਾੜੀ ਇਲਾਕੇ ਤੋਂ ਉੱਤਰ ਕੇ ਕਲਾਂ ਨੌਰ ਅਤੇ ਬਟਾਲਾ ਉੱਤੇ ਫਿਰ ਆਪਣਾ ਅਧਿਕਾਰ ਜਮਾ ਲਿਆ ਛੇਤੀ ਹੀ ਅਬਦੁੱਸ ਸਮਦ ਖਾਨ ਦੀ ਅਗਵਾਈ ਵਿੱਚ ਮੁਗਲਾਂ ਨੇ ਇੱਕ ਵਿਸ਼ਾਲ ਸੈਨਾ ਇਕੱਠੀ ਕੀਤੀ ਤੇ ਬੰਦਾ ਸਿੰਘ ਬਹਾਦਰ ਬੁੱਧ ਲੜਾਈ ਚੜਾਈ ਕਰ ਦਿੱਤੀ ਉਸ ਸਮੇਂ ਬੰਦਾ ਸਿੰਘ ਬਹਾਦਰ ਕੋਟ ਮਿਰਜ਼ਾ ਜਾਨ ਵਿਖੇ ਸੀ ਮੁਗਲ ਸੈਨਾ ਅਚਾਨਕ ਹੀ ਸਿੱਖਾਂ ਉੱਤੇ ਟੁੱਟ ਪਈਆਂ ਸਿੱਖਾਂ ਨੇ ਉਨ੍ਹਾਂ ਦਾ ਬੜੀ ਬਹਾਦਰੀ ਨਾਲ ਟਕਰਾ ਕੀਤਾ ਪਰ ਸਿੱਖ ਗੁਰਦਾਸ ਨੰਗਲ ਗੁਦਾਸਪੁਰ ਤੋਂ 6 ਕਿਲੋਮੀਟਰ ਦੂਰ ਪੱਛਮ ਵਿੱਚ ਵੱਲ ਪਿੱਛੇ ਹਟ ਗਏ ਉਥੇ ਉਨ੍ਹਾਂ ਨੇ ਦੁਨੀ ਚੰਦ ਦੀ ਹਵੇਲੀ ਵਿੱਚ ਸ਼ਰਨ ਲਿਆ ਦੁਸ਼ਮਣ ਨੂੰ ਦੂਰ ਰੱਖਣ ਲਈ ਸਿੱਖਾਂ ਨੇ ਹਵੇਲੀ ਆਲੇ-ਦੁਆਲੇ ਖਾਈ ਪੁੱਟ ਕੇ ਉਸ ਵਿੱਚ ਪਾਣੀ ਭਰ ਦਿੱਤਾ ਅਪ੍ਰੈਲ 1775 ਈਸਵੀ ਨੂੰ 1715 ਈਸਵੀ ਨੂੰ ਮੁਗਲ ਸੈਨਾ ਨੇ ਉਸ ਹਵੇਲੀ ਨੂੰ ਘੇਰਾ ਪਾ ਲਿਆ ਸਿੱਖਾਂ ਨੇ ਉਸ ਦਾ ਡਟ ਕੇ ਮੁਕਾਬਲਾ ਕੀਤਾ ਉਨ੍ਹਾਂ ਨੇ ਮੁਗਲ ਦੀ ਫੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ 8 ਮਹੀਨਿਆਂ ਤੱਕ ਉਹ ਘੇਰਾਬੰਦੀ ਜਾਰੀ ਰਹੀ ਅੰਤ ਨੂੰ ਸਿੱਖਾਂ ਕੋਲ ਭੋਜਨ ਸਮਗਰੀ ਖਤਮ ਹੋ ਗਈ ਕਈ ਦਿਨਾਂ ਤੱਕ ਉਹ ਕਾਪੱਟੀ ਖਾ ਕੇ ਗੁਜ਼ਾਰਾ ਕਰਦੇ ਰਹੇ विनोद सिंह हवेली ਛੱਡ ਕੇ ਜਾਣਾ ਚਾਹੁੰਦਾ ਸੀ ਪਰ ਬੰਦਾ ਸਿੰਘ ਬਹਾਦਰ ਮਰਦੇ ਦਮ ਤੱਕ ਲੜਨਾ ਚਾਹੁੰਦਾ ਸੀ ਅੰਤ ਨੂੰ ਵਿਨੋਦ ਸਿੰਘ ਨੇ ਉਸ ਦੇ ਸਾਥੀ ਉਹ ਗੜੀ ਛੱਡ ਗਏ ਸਿੱਟੇ ਵੱਜੋਂ ਸਿੱਖਾਂ ਦੀ ਕਤਲ ਤਾਕਤ ਘਟ ਗਈ ਇਸ ਹਾਲਤ ਵਿੱਚ ਉਹਨਾਂ ਨੂੰ ਹੋਰ ਲੜਨਾ ਸੰਭਵ ਹੋ ਗਿਆ ਇਸ ਲਈ 7 ਦਸੰਬਰ 1715 ਈਸਵੀ ਨੂੰ ਹਮਲਾਵਾਰ ਹਵੇਲੀ ਵੇਲੀ ਉਤੇ ਅਧਿਕਾਰ ਕਰਨ ਵਿੱਚ ਸਫਲ ਹੋ ਗਏ ਬੰਦਰ ਸਿੰਘ ਬਹਾਦਰ ਅਤੇ ਉਸਦੇ 200 ਸਾਥੀਆਂ ਨੂੰ ਕੈਦ ਕਰ ਲਿਆ ਗਿਆ। ਸੋਹਣਾ ਕੁਛ ਨੇ ਜੀ ਰਾਜ ਦੀ ਨੀਤੀ ਅਤੇ ਨਿਰਦੇਸ਼ਕ ਸਿਧਾਂਤ ਦਾ ਕੀ ਮਹੱਤਵ ਹੈ? ਰਾਜ ਦੀ ਨੀਤੀ ਅਤੇ ਨਿਰਦੇਸ਼ਕ ਸਿਧਾਂਤ ਨੂੰ ਕੁਝ ਆਲੋਚਕਾਂ ਦੁਆਰਾ ਵਿਅਰਥ ਦੱਸਿਆ ਗਿਆ ਹੈ ਪਰ ਇਸ ਪਰ ਇਨ੍ਹਾਂ ਸਿਧਾਂਤਾਂ ਨੂੰ ਵਿਅਰਥ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਸਾ ਇਨ੍ਹਾਂ ਵਿੱਚ ਬਹੁਤ ਸਾਰੇ ਮੌਲਿਕ ਸਿਧਾਂਤ ਅਜੇ ਹਨ ਜੋ ਅਦਾਲਤਾਂ ਲਈ ਰਾਹ ਦੱਸਦੇ ਹਨ। ਇਸ ਸਿਧਾਂਤ ਸਰਕਾਰ ਲਈ ਕਲਿਆਣਕਾਰੀ ਰਾਜ ਦੀ ਸਥਾਪਨਾ ਲਈ ਚਾਨਣ ਮੁਨਾਰਾ ਬਣ ਕੇ ਅਗਵਾਈ ਕਰਦੇ ਹਨ ਲੋਕਾਂ ਲਈ ਇਹ ਸਿਧਾਂਤ ਸਰਕਾਰ ਦੀ ਕਾਰਗੁਜ਼ਾਰੀ ਜਾਂ ਪ੍ਰਾਪਤੀਆਂ ਨੂੰ ਪਰਪਖਣ ਦੀ ਕਸੌਟੀ ਦਾ ਕੰਮ ਕਰਦੇ ਹਨ ਜਿਹੜੀ ਸਰਕਾਰ ਇਹਨਾਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੀ ਲੋਕ ਚੋਣਾ ਸਮੇਂ ਅਜਿਹੀ ਸਰਕਾਰ ਨੂੰ ਬਦਲ ਦਿੰਦੇ ਹਨ ਸਵਾਲਾ ਕੁਸ਼ਨ ਹੈ ਜੀ ਸਮਾਨਤਾ ਦੇ ਅਧਿਕਾਰ ਦਾ ਵਰਣਨ ਕਰਨਾ ਹੈ ਸਮਾਨਤਾ ਦੇ ਅਧਿਕਾਰ ਵਿੱਚ ਕੀ ਹੁੰਦਾ ਸਾਰੇ ਭਾਰਤੀ ਨਾਗਰਿਕ ਕਾਨੂੰਨ ਦੇ ਸਾਹਮਣੇ ਸਮਾਨ ਹਨ ਕਿਸੇ ਨਾਗਰਿਕ ਨਾਲ ਧਰਮ ਜਾਤ ਨਸਲਤ ਲਿੰਗ ਦੇ ਆਧਾਰ ਤੇ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ ਰਾਜ ਦੀਨ ਰੁਜ਼ਗਾਰ ਜਾਂ ਪਦਵੀਆਂ ਤੇ ਨਿਯੁਕਤੀਆਂ ਲਈ ਸਾਰੇ ਨਾਗਰਿਕਾਂ ਨੂੰ ਸਮਾਨ ਮੌਕੇ ਦਿੱਤੇ ਜਾਣਗੇ ਸਦੀਆਂ ਤੋਂ ਚੱਲੀ ਆ ਰਹੀ ਛੂਤ ਸ਼ਾਦੀ ਬਿਮਾਰੀ ਨੂੰ ਸਮਾਪਤ ਕਰ ਦਿੱਤਾ ਗਿਆ